ਮਾਊਂਟ ਐਵਰੈਸਟ ਤੇ ਚੜ੍ਹਾਈ ਦੇ ਸੀਜ਼ਨ ਦੌਰਾਨ ਕਈ ਨਵੇਂ ਰਿਕਾਰਡ ਬਣਦੇ ਨੇ ਤੇ ਕਈ ਪੁਰਾਣੇ ਰਿਕਾਰਡ ਟੁੱਟ ਜਾਂਦੇ ਨੇ। ਇਸ ਦੇ ਨਾਲ ਹੀ ਕੁਝ ਲੋਕ ਆਪਣੇ ਹੌਸਲਿਆਂ ਦੇ ਨਾਲ ਦੁਨੀਆ ਦੇ ਸਾਹਮਣੇ ਉਦਾਹਰਣ ਬਣ ਜਾਂਦੇ ਹਨ। 46 ਸਾਲ ਦੇ ਚੀਨੀ ਨਾਗਰਿਕ ਜਾਂਗ ਹੋਂਗ ਨੇ ਨੇਪਾਲ ਵੱਲੋਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਫਤਿਹ ਕੀਤਾ। ਉਹ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੇ ਏਸ਼ੀਆ ਦੇ ਪਹਿਲੇ ਅਤੇ ਦੁਨੀਆ ਦੇ ਤੀਜੇ ਨੇਤਰਹੀਣ ਵਿਅਕਤੀ ਬਣ ਗਏ ਨੇ। ਇੱਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਜਾਂਗ ਨੇ ਕਿਹਾ ਕਿ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਵਿਕਲਾਂਗ ਹੋ ਜਾਂ ਸਧਾਰਨ ਇਨਸਾਨ, ਚਾਹੇ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੋਵੇ ਜਾਂ ਤੁਹਾਡੇ ਹੱਥ ਪੈਰ ਨਾ ਹੋਣ, ਇਸ ਸਭ ਨਾਲ ਕੋਈ ਫਰਕ ਨਹੀਂ ਪੈਂਦਾ। ਜਦੋਂ ਤੱਕ ਤੁਹਾਡੇ ਕੋਲ ਮਜ਼ਬੂਤ ਦਿਮਾਗ ਹੈ ਉਦੋਂ ਤੱਕ ਤੁਸੀਂ ਹਰ ਉਹ ਕੰਮ ਕਰ ਸਕਦੇ ਹੋ ਜਿਹੜਾ ਦੂਜੇ ਲੋਕ ਨਹੀਂ ਕਰ ਸਕਦੇ। ਜਾਂਗ ਨੇ 24 ਮਈ ਨੂੰ 3 ਗਾਈਡਾਂ ਦੇ ਨਾਲ 8,849 ਮੀਟਰ ਮਾਊਂਟ ਐਵਰੈਸਟ ਦੀ ਚੋਟੀ ਨੂੰ ਪੂਰਾ ਕੀਤਾ ਅਤੇ ਵੀਰਵਾਰ ਨੂੰ ਉਹ ਬੇਸ ਕੈਂਪ ਵਾਪਸ ਪਰਤ ਆਏ। ਜਾਂਗ ਨੇ 21 ਸਾਲ ਦੀ ਉਮਰ ਵਿੱਚ ਗਲੋਕੋਮਾ ਦੇ ਚੱਲਦਿਆਂ ਆਪਣੀਆਂ ਅੱਖਾਂ ਖੋ ਦਿੱਤੀਆਂ ਨੇ। ਉਸਨੇ ਕਿਹਾ ਕਿ ਉਹ ਇਸ ਚੜ੍ਹਾਈ ਦੌਰਾਨ ਡਰਿਆ ਹੋਇਆ ਸੀ ਕਿ ਜਦੋਂ ਉਹ ਦੇਖ ਨਹੀਂ ਸਕਦਾ ਅਤੇ ਉਹ ਕਿੱਥੇ ਚੱਲ ਰਿਹਾ ਸੀ। ਉਸਨੇ ਕਿਹਾ ਕਿ ਉਸਦੇ ਪੈਰ ਸਹੀ ਜਗ੍ਹਾ ਨਹੀਂ ਟਿਕਦੇ ਸਨ ਅਤੇ ਕਦੇ ਕਦੇ ਉਹ ਡਿੱਗ ਵੀ ਪੈਂਦਾ ਸੀ। ਉਸਨੇ ਇਹ ਵੀ ਕਿਹਾ ਕਿ ਇਹ ਚੜ੍ਹਾਈ ਦਾ ਇੱਕ ਹਿੱਸਾ ਹੈ, ਕਠਿਨਾਈਆਂ ਅਤੇ ਖਤਰੇ। ਦੱਸ ਦਈਏ ਕਿ ਮਾਊਂਟ ਐਵਰੈਸਟ ਦੀ ਚੋਟੀ ਫਤਿਹ ਕਰਨ ਵਾਲੇ ਅਮਰੀਕਾ ਦੇ ਉਮਰਦਰਾਜ ਵਿਅਕਤੀ ਬਣੇ ਸ਼ਿਕਾਗੋ ਦੇ ਇੱਕ ਸੇਵਾ ਮੁਕਤ ਵਕੀਲ ਅਤੇ ਇੱਕ ਟੀਚਰ ਔਰਤ ਐਤਵਾਰ ਨੂੰ ਸੁਰੱਖਿਅਤ ਵਾਪਸ ਆ ਗਏ ਨੇ।